ਲੁਧਿਆਣੇ ਦੇ ਗੁਰੂ ਨਾਨਕ ਭਵਨ ਦੇ ਵਿੱਚ ਇੱਕ ਫੰਕਸ਼ਨ ਵਿਸ਼ਾਲ ਸਮਾਰੋਹ ਜੋ ਕਰਵਾਇਆ ਜਾ ਰਿਹਾ ਹੈ ਉਸਦੇ ਵਿੱਚ ਆਉਣ ਵਾਲੇ ਵਕਤਾਗਣ ਬਹੁਤ ਹੀ ਸਤਿਕਾਰਯੋਗ ਮਾਨਣੀਏ ਵਮਨ ਮੇਸ਼ਰਾਮ ਜੀ ਅਧਿਅਕਸ਼ ਮਾਮਸੇ ਭਾਰਤ ਪ੍ਰੋਫੈਸਰ ਖਾਲਿਦ ਅਨੀਸ ਅੰਸਾਰੀ ਜੀ ਗਲੋਬਲ ਯੂਨੀਵਰਸਿਟੀ ਤੋਂ ਮੈਡਮ ਅਨੀਤਾ ਭਾਰਤੀ ਜੀ ਦਿੱਲੀ ਯੂਨੀਵਰਸਿਟੀ ਤੋਂ ਔਰ ਸਹਾਰਨਪੁਰ ਤੋਂ ਡਾਕਟਰ ਪ੍ਰਵੀਰ ਬੋਜ ਜੀ ਇਸ ਵਿਸ਼ਾਲ ਸਮਾਰੋਹ ਦੇ ਵਿੱਚ ਪਹੁੰਚਣਗੇ ਔਰ ਇਹ ਵਿਸ਼ਾਲ ਸਮਾਰੋਹ ਜਾਤੀ ਅਭਿਮਾਨ ਛੋੜੋ ਮੂਲ ਨਿਵਾਸੀ ਸਮਾਜ ਜੋੜੋ ਦੇ ਵਿਸ਼ੇ ਤਹਿਤ ਕੀਤਾ ਜਾ ਰਿਹਾ ਹੈ। ਤਾਂ ਜਿਸ ਤਰ੍ਹਾਂ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਨੇ ਸਮੁੱਚੀ ਮਾਨਵਤਾਵਾਦੀ ਦੇ ਸਮੁੱਚੀ ਮਾਨਵਤਾ ਦੇ ਲਈ ਕੰਮ ਕੀਤਾ ਹੈ, ਉਸੇ ਤਰ੍ਹਾਂ ਹੀ ਡਾਕਟਰ ਅੰਬੇਡਕਰ ਏਕਤਾ ਮੰਚ ਪੂਰੀ ਤਰ੍ਹਾਂ ਸੰਕਲਪਬੱਧ ਹੈ, ਵਚਨਬੱਧ ਹੈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਦਿਖਾਏ ਹੋਏ ਰਸਤੇ 'ਤੇ ਚੱਲਣ ਦੇ ਲਈ ਔਰ ਉਹਨਾਂ ਦੇ ਦੁਆਰਾ ਜੋ ਮਿਸ਼ਨ ਹੈ, ਜੋ ਅਧੂਰਾ ਮਿਸ਼ਨ ਹੈ ਉਹਨੂੰ ਪੂਰਾ ਕਰਨ ਦੇ ਲਈ ਸੰਕਲਪਬੱਧ ਹੈ, ਵਚਨਬੱਧ ਹੈ ਡਾਕਟਰ ਅੰਬੇਡਕਰ ਏਕਤਾ ਮੰਚ ਔਰ ਡਾਕਟਰ ਅੰਬੇਡਕਰ ਏਕਤਾ ਮੰਚ ਦੀ ਪੂਰੀ ਟੀਮ ਔਰ ਉਹਦੇ ਨਾਲ ਜਿਹੜੇ ਵੀ ਸਾਥੀ ਕੰਮ ਕਰ ਰਹੇ ਨੇ, ਸਮੁੱਚਾ ਜੋ ਕਾਰਿਆਕਾਰਨੀ ਸਦੱਸਿਆ ਨੇ ਡਾਕਟਰ ਅੰਬੇਡਕਰ ਏਕਤਾ ਮੰਚ ਦੇ ਜਿਹੜੀ ਰਹਿਣਗੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ, ਜਿਨ੍ਹਾਂ ਨੇ ਤਾਂ ਉਮਰ ਆਪਣਾ ਜੋ ਜੀਵਨ ਹੈ ਉਹ ਦਵੇ ਕੁਚਲੇ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਸੁਧਾਰ ਲਿਆਉਣ ਲਈ ਲਗਾਇਆ ਹੈ। ਅਤੇ ਮੈਂ ਅੰਤ ਦੇ ਵਿੱਚ ਇੱਕ ਵਾਰ ਫਿਰ ਤੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ 128ਵੇਂ ਜਨਮ ਦਿਵਸ ਦੀਆਂ ਸਮੁੱਚੇ ਵਿਸ਼ਵ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਬੇਨਤੀ ਕਰਦਾ ਹਾਂ ਕਿ ਸਾਰੇ ਹੀ ਮੂਲ ਨਿਵਾਸੀ ਸਮਾਜ 21 ਅਪ੍ਰੈਲ 2019 ਨੂੰ ਲੁਧਿਆਣੇ ਦੇ ਗੁਰੂ ਨਾਨਕ ਭਵਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੇ। ਧੰਨਵਾਦ ਸਾਹਿਬ। ਜੈ ਵਾਲਮੀਕੀ, ਜੈ ਭੀਮ, ਜੈ ਮੂਲ ਨਿਵਾਸੀ, ਜੈ ਭਾਰਤ। ਸਾਰੇ ਹੀ ਦੁਨੀਆ ਭਰ ਦੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਨਾਮ ਲੇਵਾ ਲੋਕਾਂ ਨੂੰ ਸਭ ਤੋਂ ਪਹਿਲਾਂ ਕ੍ਰਾਂਤੀਕਾਰੀ ਜੈ ਭੀਮ, ਜੈ ਮੂਲ ਨਿਵਾਸੀ। ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਜਿਨ੍ਹਾਂ ਨੇ ਆਪਣਾ ਪੂਰਾ ਵੰਸ਼ਦਾਨ ਸਿਰਫ ਮੂਲ ਨਿਵਾਸੀ ਲੋਕਾਂ ਦੇ ਉਥਾਨ ਦੇ ਲਈ ਕਰ ਦਿੱਤਾ, ਉਹ ਨਾ ਸਿਰਫ ਆਪ ਪਹਿਲਾਂ ਪੜ੍ਹੇ ਬਲਕਿ ਉਹਨਾਂ ਨੇ ਆਪਣੇ ਸਮਾਜ ਨੂੰ ਵੀ ਸ਼ਿਕਸ਼ਿਤ ਬਣੋ, ਸੰਗਠਿਤ ਹੋਵੋ, ਸੰਘਰਸ਼ ਕਰੋ ਦਾ ਨਾਰਾ ਦਿੱਤਾ। ਤਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਕਰਦੇ ਹੋਏ ਚੱਲੋ 21 ਅਪ੍ਰੈਲ 2019 ਨੂੰ ਇੱਕ ਵਿਸ਼ਾਲ ਸਮਾਰੋਹ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਰੱਖਿਆ ਗਿਆ ਵਾ। ਤਾਂ ਮੈਂ ਜਿੱਥੇ ਵੀ ਲੁਧਿਆਣਾ ਸੇਜ ਦੇ ਸਰੋਤਾਗਣ ਇਸ ਵੀਡੀਓ ਨੂੰ ਦੇਖ ਰਹੇ ਨੇ, ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ 21 ਅਪ੍ਰੈਲ 2019 ਨੂੰ ਗੁਰੂ ਨਾਨਕ ਭਵਨ ਵਿਖੇ ਸਵੇਰੇ ਠੀਕ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜੋ 14 ਅਪ੍ਰੈਲ ਨੂੰ ਜਨਮ ਦਿਨ ਆ ਰਿਹਾ ਵਾ, ਮੈਂ ਉਸ ਜਨਮ ਦਿਨ ਦੀਆਂ 128ਵੇਂ ਜਨਮ ਦਿਨ ਦੀਆਂ ਆਪਣੇ ਵੱਲੋਂ ਔਰ ਆਪਣੀ ਪੂਰੀ ਅੰਬੇਡਕਰ ਏਕਤਾ ਮੰਚ ਦੀ ਟੀਮ ਵੱਲੋਂ ਪੂਰੇ ਵਿਸ਼ਵ ਭਰ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਔਰ ਤੁਹਾਨੂੰ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਵੀ ਆਪਾਂ ਬੈਠੇ ਹਾਂ ਆਪਾਂ ਆਪਣੇ ਆਉਣ ਵਾਲੇ ਜੀਵਨ ਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਕਰਦੇ ਹੋਏ ਮੂਲ ਨਿਵਾਸੀ ਲੋਕਾਂ ਦੇ ਉਥਾਨ ਦੇ ਲਈ ਕੰਮ ਕਰੀਏ। 21 ਅਪ੍ਰੈਲ ਨੂੰ ਸਾਰਿਆਂ ਨੇ ਉਹਨੂੰ ਆ ਕੇ ਪਹੁੰਚਣਾ ਵਾ, ਜਿਹਦੇ ਵਿੱਚ ਬਾਬਣ ਮਹੇਸ਼ਰਾਮ ਜੀ ਅਧਿਅਕਸ਼ ਬਾਮਸੇਫ ਉਹ ਆ ਮੁੱਖ ਵਕਤਾ ਦੇ ਤੌਰ 'ਤੇ ਸ਼ਾਮਿਲ ਹੋਣਗੇ। ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ 21 ਤਰੀਕ ਨੂੰ ਪਹੁੰਚ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਸੱਚੀ ਸ਼ਰਧਾਂਜਲੀ ਭੇਟ ਕਰੋ। ਧੰਨਵਾਦ ਸਾਹਿਬ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ ਸਾਥੀਓ, 21 ਅਪ੍ਰੈਲ 2019 ਕੋ ਬਾਬਾ ਸਾਹਿਬ ਕੇ 128ਵੇਂ ਜਨਮ ਦਿਨ ਪਰ ਕਾਰਜਕ੍ਰਮ ਗੁਰੂ ਨਾਨਕ ਭਵਨ ਲੁਧਿਆਣਾ ਮੇਂ ਕਰਾਇਆ ਜਾ ਰਿਹਾ ਹੈ, ਜੋ ਬਹੁਤ ਹੀ ਵਿਸ਼ਾਲ ਰੂਪ ਮੇਂ ਕਰਾਇਆ ਜਾ ਰਿਹਾ ਹੈ। ਤੋ ਦੇਸ਼ ਵਿਦੇਸ਼ ਮੇਂ ਜਹਾਂ ਤੱਕ ਵੀ ਇਹ ਵੀਡੀਓ ਲੋਕੋ ਕੋ ਪਹੁੰਚਤੀ ਹੈ। ਤੋ ਸਾਥੀਓ, ਬਾਬਾ ਸਾਹਿਬ ਕੇ ਜਨਮ ਦਿਨ ਪਰ ਇਹ ਕਾਰਜਕ੍ਰਮ ਮੇਂ ਪਹੁੰਚੇ ਔਰ ਪਹੁੰਚ ਕਰਕੇ ਸਿਰਫ ਪਹੁੰਚਣਾ ਹੀ ਨਹੀਂ ਹੈ, ਵਹਾਂ ਪਰ ਜੋ ਵੀ ਆਪਕੋ ਵਿਚਾਰ ਮਿਲੇਗਾ ਉਸਕੋ ਅਨੁਸਰਣ ਕਰਨਾ ਹੈ ਔਰ ਬਾਬਾ ਸਾਹਿਬ ਕਾ ਜੋ ਸਪਨਾ ਥਾ ਉਸਕੋ ਪੂਰਾ ਕਰਨਾ ਹੈ, ਕਿਉਂਕਿ ਜੋ ਆਨੇ ਵਾਲਾ ਸਮਾਂ ਹੈ, ਬਾਬਾ ਸਾਹਿਬ ਨੇ ਹਮਾਰੇ ਲੋਕੋ ਕੋ ਇੱਕ ਅੱਛੀ ਬਿਹਤਰ ਜ਼ਿੰਦਗੀ ਦੀ ਥੀ, ਲੇਕਿਨ ਆਨੇ ਵਾਲੇ ਸਮੇਂ ਮੇਂ ਬਾਬਾ ਸਾਹਿਬ ਨੇ ਕਿਹਾ ਥਾ ਕਿ ਅਗਰ ਇਸ ਕਾਰਵਾਂ ਕੋ ਆਗੇ ਨਹੀਂ ਲੈ ਜਾ ਸਕਤੇ ਤੋ ਪੀਛੇ ਨਹੀਂ ਜਾਣੇ ਦੇਣਾ। ਤੋ ਸਾਥੀਓ, ਮੇਰਾ ਇਹ ਅਪੀਲ ਹੈ ਕਿ ਇਹ ਕਾਰਵਾਂ ਕੋ
हम लोगों ने मिल करके एक छोटी सी मुहिम की शुरुआत करनी है कि जहाँ पर लोग हैं वहाँ पर पूरे ध्यानपूर्वक बाबा साहब को पढ़ें, उनको जानें और जान करके इस कारवां को आगे बढ़ाएं, ना कि पीछे जाने दें। इसी के साथ जय हिंद, जय भारत, जय मूलमत।